ਝੂਠੇ ਵਾਅਦਿਆਂ ਅਤੇ ਜੁਮਲਿਆਂ ਉੱਪਰ ਰਾਜਨੀਤੀ ਕਰਨਾ ਕਿੰਨਾ ਸੌਖਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਪਿਛਲੇ 70 ਸਾਲਾਂ ਤੋਂ ਵੋਟ ਬਟੋਰੂ ਪਾਰਟੀਆਂ ਸਾਡੇ ਲੋਕਾਂ ਨਾਲ ਇਹੀ ਕੁਝ ਕਰਦੀਆਂ ਆ ਰਹੀਆਂ ਹਨ। ਅੱਜ ਸਾਡੇ ਦੇਸ਼ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਕੰਮ ਕਰ ਰਹੀਆਂ ਇਹਨਾਂ ਮਜ਼ਦੂਰ ਔਰਤਾਂ ਦੀ ਵੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਇਹਨਾਂ ਦੀਆਂ ਵੋਟਾਂ ਦੁਆਰਾ ਚੁਣੇ ਗਏ ਵਿਧਾਇਕਾਂ ਦੀ ਤਨਖਾਹ ਇੱਕ ਮਹੀਨੇ ਦੀ 3 ਲੱਖ ਰੁਪਇਆ ਹੁੰਦੀ ਹੈ, ਜਦਕਿ ਇਹਨਾਂ ਦੀ ਇੱਕ ਦਿਨ ਦੀ ਦਿਹਾੜੀ 300 ਤੋਂ ਵੀ ਘੱਟ ਹੁੰਦੀ ਹੈ। ਇੱਕ ਵਾਰ ਫਿਰ ਲੋਕ ਸਭਾ ਚੋਣਾਂ ਸਾਡੇ ਦੇਸ਼ ਵਿੱਚ ਹੋਣ ਜਾ ਰਹੀਆਂ ਹਨ। ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਕੀ ਸੋਚਦੇ ਨੇ, ਆਓ ਜਾਣਦੇ ਹਾਂ ਇਹਨਾਂ ਦੀ ਕਹਾਣੀ, ਇਹਨਾਂ ਦੀ ਜਵਾਨੀ। ਕੱਚੇ ਮਕਾਨ ਹਮਾਰੇ ਕੱਚੇ ਮਕਾਨ ਹਮਾਰੇ ਬੱਚਿਆਂ ਨੂੰ ਮੁਜੀਫਾ ਵੀ ਨਹੀਂ ਮਿਲਦਾ ਹੈ। ਦਾਲ ਰਾਸ਼ਨ ਦੇ ਕੇ 6 ਮਹੀਨੇ ਪਿੱਛੇ ਰਹੇ ਕਣਕ ਸਰਕਾਰ ਕਿਆ ਦੇ ਰਹੀ ਹੈ ਸਰਕਾਰ? ਯਹਾਂ ਮਰ ਰਹੇ ਟੋਬਿਆਂ ਦੇ ਵਿੱਚ ਉਹ ਵੀ ਰੋਜ਼ਗਾਰ ਚਾਹੀਦਾ। ਜੋ ਮੋਦੀ ਨੇ ਵਾਅਦੇ ਕਰੇ ਕੋਈ ਪੂਰਾ ਨਹੀਂ ਕਰਿਆ ਹੈ। ਵੋਟਾਂ ਪੱਕੀ ਮਨਜ਼ੂਰੀ ਵੋਟਾਂ ਦੇ ਪਹਿਲਾਂ ਵੋਟਾਂ ਦੇ ਪਹਿਲਾਂ ਮਨਜ਼ੂਰੀ ਨੂੰ ਕੰਮਾਂ ਕੀ ਮਾਰੀ ਮੰਗਾਂ ਪੂਰੀ ਹੋਣਗੀ। ਕੋਈ ਵੋਟ ਨਹੀਂ ਪਾਉਂਦੀ ਰੇਕੇ ਵਾਲੀ, ਮਨਰੇਕੇ ਵਾਲਾ ਕੋਈ ਵੋਟ ਨਹੀਂ ਪਾਉਂਦਾ, ਨਹੀਂ ਕਿਸੇ ਨੂੰ ਵੀ ਨਹੀਂ ਪਾਉਂਦਾ। ਯਹਾਂ ਫੈਕਟਰੀਆਂ ਲਾ ਦੇ ਮਾਰੇ ਬੱਚੇ ਰੋਜ਼ਗਾਰ ਮਿਲ ਜਾਗਾ, ਤੀਵੀਆਂ ਨੂੰ ਰੋਜ਼ਗਾਰ ਮਿਲ ਜਾਗਾ, ਫੀਰਾਂ ਭਟਕਦੀ ਡੋਲਾਂ ਵਾ ਬਣਾਵਾ ਸਰਕਾਰ, ਗਰੀਬ ਜਨਤਾ ਬਣਾਵਾ ਆ, ਗਰੀਬਾਂ ਦਾ ਹੱਕ ਫਿਰ ਵੀ ਸਰਕਾਰ ਗਰੀਬਾਂ ਨੂੰ ਹੱਕ ਨਹੀਂ ਦਿੰਦੀ ਹੈ। ਸਰਕਾਰ ਗਰੀਬਾਂ ਵਾਸਤੇ ਬਣਾ, MLA ਗਰੀਬਾਂ ਵਾਸਤੇ ਬਣਾ ਆ ਨਾ, ਕੋਈ ਸਹੂਲਤ ਨਹੀਂ ਸਰਕਾਰ ਦਿੰਦੀ ਹੈ ਗਰੀਬਾਂ ਨੂੰ। ਸਾਰੇ ਸਰਕਾਰ ਬਣ ਕੇ ਆਪਣੇ ਘਰ ਪੂਰੇ ਕਰ ਰਹੀ ਹੈ, ਗਰੀਬਾਂ ਨੂੰ ਕਿਆ ਦੇ ਰਹੀ ਸਰਕਾਰ? ਕੁਛ ਵੀ ਨਹੀਂ ਦਿੰਦੀ ਹੈ ਗਰੀਬਾਂ ਨੂੰ, ਤਾਂ ਗਰਦਨ ਘੋਟ ਰਹੀ ਹੈ ਸਰਕਾਰ। ਨਿਆਣੇ ਉਹ ਜੱਟਾਂ ਨੇ ਪੂਰਾ ਦਿਹਾੜੀਆਂ ਕਰਦੇ ਫਿਰ ਰਹੇ ਹਾਂ, ਮਾਰੇ ਕੁਛ ਵੀ ਨਹੀਂ ਦੇ ਰਹੀ ਹੈ ਸਰਕਾਰ, ਪੜ੍ਹੇ ਲਿਖੇ ਧੱਕੇ ਖਾ ਰਹੇ ਹਾਂ। ਮੇਰੇ ਮੁੰਡੇ ਘਰ ਮੇਰਾ ਜਨਮ ਹੈ ਸਰਕਾਰ, ਵਿਰੋਧੀਆਂ ਨੇ ਜਗ੍ਹਾ ਨਹੀਂ ਮਾਰੀ, ਛੋੜ ਰਹੇ ਵਾਅਦੇ ਕਰ ਕੰਮ ਕਰ ਰਹੀ ਹੈ ਸਰਕਾਰ। ਮੈਂ ਪਹੁੰਚਾਏ ਹਸਪਤਾਲ ਮੈਂ ਲਿਸਟ ਫੜੀ ਕਨੌਰ ਸਰਕਾਰੀ ਹਸਪਤਾਲ ਕੇ ਵਿੱਚ, ਉੱਥੇ ਰਿਪੋਰਟਾਂ ਮਾਰੀ, ਸਾਰਾ ਕੁਛ ਹੋਇਆ ਵਾ। ਥਾਣੇ ਮੈਂ ਬਗਜੋ ਕਨੌਰ ਹਸਪਤਾਲ ਮੈਂ ਮਾਰੇ ਮਾਂ ਪੁੱਤਾਂ ਚੋਟਾਂ ਮਾਰੀਆਂ, ਸਭ ਕੁਛ ਉੱਥੇ ਲਿਖਿਆ ਪੜਿਆ। ਜਗ੍ਹਾ ਜੇ ਜਗ੍ਹਾ ਸਰਕਾਰ ਵਾਲੇ ਪਲਾਟ ਕੱਟ ਕੇ ਦੇ, ਕਿਉਂ ਲੜਾਈਆਂ ਹੋਵਾਂ? ਯਹਾਂ ਸੀ ਲੜਾਈਆਂ ਵੀ, ਜਦੀ ਹੋਵਾਂ ਜੇ ਕਿਸੇ ਕੇ ਪਾਸ ਬਾੜੇ ਗੁਬਾਰੇ ਨਹੀਂ ਹੈ, ਜਗ੍ਹਾ ਨਹੀਂ ਹੈ, ਤਾਂ ਤਾਂ ਹੀ ਲੜਾਈਆਂ ਪੜਾ ਆ। ਮੁੱਲ ਜਗ੍ਹਾ ਲਈ ਮੈਨੂੰ ਪਾਣੀ ਵਾਸਤੇ ਵੀ ਚਾਹੀਦੀ, ਕਿਉਂਕਿ ਮੈਨੂੰ ਪਾਣੀ ਉਹ ਗੰਦਾ ਵੀ ਹੈ, ਸਾਫ ਪਾਣੀ ਚਾਹੀਦਾ ਹੈ। ਨਹੀਂ ਹੈ ਮਰਪਾ ਰੇਗਾ ਸਾਹਿਬ, ਬਿਲਕੁਲ ਗੰਦਾ ਪਾਣੀ ਪੀਂਦੇ, ਮੈਨੂੰ ਸਾਫ ਪਾਣੀ ਚਾਹੀਦਾ ਹੈ। ਕਿਸੇ ਨੂੰ ਪਤਾ ਹੀ ਨੀ ਵੋਟ ਕੀ ਕਿਆ ਕੀਮਤ ਆ, ਕੀਮਤ ਤਾਂ ਮੰਤਰੀਆਂ ਨੂੰ ਪਤਾ, ਉਹਨੂੰ ਹੋਰਾਂ ਨੂੰ ਪਤਾ, ਬੜੀ ਸਰਕਾਰ ਨੂੰ ਪਤਾ ਵੀ ਗਰੀਬਾਂ ਦੀ ਵੋਟ ਕੀ ਕਿਆ ਕੀਮਤ ਆ। ਇੱਕ ਦੋ ਪੈਸੇ ਦਾ ਕੰਮ ਨਹੀਂ ਸਰਕਾਰੀ ਆਇਆ, ਕੋਈ ਕੰਮ ਆਵੇਗਾ ਬਾਹਰੋਂ? ਇੱਕ ਡੰਗਰ ਰੱਖਣੇ ਜੋਗੀ, ਗੋਹਾ ਘੇਰਨੇ ਜੋਗੀ, ਅਰੀਓ ਸਾਰੇ ਗਾਉਂ ਦਾ ਚੀਖ ਕੱਢ ਰਹੇ, ਗੰਦ ਕਿਉਂ ਕੱਢ ਰਹੇ? ਦਿਹਾੜੀ ਵੀ ਵਧਣੀ ਚਾਹੀਦੀ ਆ, ਮਾਰੀ ਮਜਬੂਰੀ ਆ, ਕੋਈ ਜਲਦੀ ਸਟੇਟ ਵੀ 300 ਰੁਪਏ ਹੋਣੀ ਚਾਹੀਦੀ ਆ। ਕੋਈ ਸਹੂਲਤ ਨਹੀਂ ਆਈ, ਕੋਈ ਸਹੂਲਤ ਨਹੀਂ ਆਈ, ਬਹੁਤ ਕੁਝ ਜਹਾਂ ਕਰਦੇ ਕੱਖ ਨਹੀਂ ਹੈ। ਬੀਬੀ ਜਿਹੜੀ ਸਰਕਾਰ ਵੋਟਾਂ ਦੇ ਪਹਿਲਾਂ ਕੋਈ ਚੰਗਾ ਕੰਮ ਮਾਰੇ, ਮੈਂ ਤਾਂ ਚੁਣਾਂਗੀ, ਹਮ ਚੰਗਾ ਮੰਤਰੀ ਚੁਣ ਲੇਗੇ। ਚੰਗਾ ਚੁਣ ਸਕਾਂ, ਨਹੀਂ ਕਿਸੇ ਨੂੰ ਨਹੀਂ ਪਾ ਸਕਦੇ।